जलंधर से इनकाउंटर संवाददाता अमन गुप्ता की रिपोर्ट। डीसी दफ्तर कर्मचारी यूनियन ने मंजूरशुदा असामियों को भरने हेतु कहा है कि पंजाब भर में डीसी कार्यालय के सभी कर्मचारी 1 और 2 फरवरी को कलम छोड़ हड़ताल करेंगे। अज असी डीसी दफ्तर कर्मचारी यूनियन वालों पूरे पंजाब दे विच जो 1 अते 2 तरीक की कलम छोड़ हड़ताल की जा रही है उहदे विच समुचे पंजाब दे विच पंजाब स्टेट मिनिस्ट्रीअल असोसीएशन यूनियन जो कि सारे विभागों की सांझी जथेबंदी है उहदे वालों असी आ जाणा दा समर्थन करते हैं अते सरकार नूं अपील करते हैं कि जल्द तो जल्द डीसी दफ्तर कर्मचारी यूनियन दीआं जिहड़ीआं मंगां ने वो जल्द तो जल्द मनिया जाण क्योंकि पंजाब सरकार पिछले लंबे समय तो मुलाजमान नूं टाल मटोल कर रही है और हुण तां इस तो वड्डी हैरानी की गल यह आ कि अज तक पंजाब दे विच कदी तनखावां दा कम नहीं रुकिया ते इस महीने पहली बार होया कि सरकारी मुलाजमान दीआं तनखावां नूं भी सरकार ने वख-वख स्लैबां दे विच वंड के 15 तरीक तक देण की गल कर रही है। सो अज असी पंजाब सरकार दा अर्थी फूक मुजारा जलंधर दे विच कीता है ते सरकार नूं सख्त चेतावनी दिंदे आ यूनियन वल्लों कि जेकर साडियां मंगां दे उत्ते जल्द तो जल्द गल्लबात दा रस्ता तैयार ना कीता गया ਤਾਂ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਮੁੱਖ ਮੰਤਰੀ ਦੇ ਘਰਾਂ ਦਾ ਘਰਾਉ ਕਰਾਂਗੇ ਮੰਤਰੀਆਂ ਦਾ ਘਰਾਉ ਕਰਾਂਗੇ ਅਤੇ ਕਾਂਗਰਸ ਪਾਰਟੀ ਦੀਆਂ ਜਿਹੜੀਆਂ ਪੋਲਾਂ ਨੇ ਉਹ ਸਰਕਾਰੀ ਦਰਬਾਰੇ ਦੇ ਰਾਹੀਂ ਅਸੀਂ ਲੋਕਾਂ ਦੇ ਵਿੱਚ ਖੁੱਲ੍ਹਾਂਗੇ। ਮੈਂ ਡਿਸਟ੍ਰਿਕਟ ਪ੍ਰੈਜ਼ੀਡੈਂਟ ਦੇ ਅੱਜ ਨਾਮ ਦੇ ਕਾਰਨ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਪ੍ਰੈਜ਼ੀਡੈਂਟ ਕਰ ਰਹੇ ਹਾਂ ਆਪਣੀ ਐਸੋਸੀਏਸ਼ਨ ਦਾ। ਪੰਜਾਬ ਸਰਕਾਰ ਨੂੰ ਅਸੀਂ ਵਾਰ ਵਾਰ ਮੰਗ ਪੱਤਰ ਦੇ ਰਹੇ ਹਾਂ। ਸਾਡੀਆਂ ਬਹੁਤ ਸਾਰੀਆਂ ਇਹੋ ਜਿਹੀਆਂ ਮੰਗਾਂ ਨੇ ਜਿਨ੍ਹਾਂ ਨੂੰ ਮੰਨਣਾ ਸਰਕਾਰ ਨੂੰ ਬਹੁਤ ਔਖਾ ਨਹੀਂ। ਮੰਗਾਂ ਮੰਨਣ ਦੇ ਬਾਵਜੂਦ ਵੀ ਸਰਕਾਰ ਸਾਡੀ ਗੱਲ ਨਹੀਂ ਸੁਣ ਰਹੀ, ਉਹਨਾਂ ਨੂੰ ਲਾਗੂ ਨਹੀਂ ਕੀਤਾ ਜਾਂਦਾ। ਇਸ ਵੇਲੇ ਸਭ ਤੋਂ ਵੱਡੀ ਮੰਗ ਜਿਹੜੀ ਸਾਡੀ ਉਹ ਸਟਾਫ ਦੀ ਹੈ। ਸਟਾਫ ਦੀ ਬਹੁਤ ਘਾਟ ਹੈ। ਸਟਾਫ ਘੱਟ ਹੋਣ ਕਰਕੇ ਅਸੀਂ ਸਰਕਾਰ ਦੀਆਂ ਕੀਤੀਆਂ ਪੋਲਿਸੀਆਂ ਨੂੰ ਸਮੱਸਿਆ ਨਹੀਂ ਚਾਰ ਸਕਦੇ, ਜਿਹਦੇ ਨਾਲ ਸਾਡੇ ਮੁਲਾਜ਼ਮਾਂ ਵਿੱਚ ਮਾਨਸਿਕ ਤਣਾਅ ਹੁੰਦਾ। ਬਹੁਤ ਸਾਰੀਆਂ ਇਹੋ ਜਿਹੀਆਂ ਨਵੀਆਂ ਸਕੀਮਾਂ ਜਿਹੜੀਆਂ ਜਿਹਨਾਂ ਲਈ ਸਟਾਫ ਚਾਹੀਦਾ, ਜਿਵੇਂ ਈ ਗਵਰਨਸ ਹੈ, ਆਰਟੀਓ ਕਮਿਸ਼ਨ ਦਾ ਕੰਮ ਹੈ, ਰਾਈਟ ਟੂ ਸਰਵਿਸ ਕਮਿਸ਼ਨ ਦਾ ਕੰਮ ਹੈ, ਇਲੈਕਸ਼ਨ ਦਾ ਕੰਮ ਹੈ, ਜਿਹੜੀ ਸਰਵਿਸ ਦਾ ਜਿਹੜੀ ਸਾਲ 'ਚ 2 ਵਾਰੀ ਹੁੰਦੀ ਹੈ, ਉਹਦਾ ਕੰਮ ਲਗਾਤਾਰ ਚੱਲਦਾ ਰਹਿੰਦਾ ਹੈ। ਪਰ ਇਹਦੇ ਲਈ ਸਾਡੇ ਕੋਲ ਕੋਈ ਸਟਾਫ ਨਹੀਂ ਹੈ। 96 ਪੋਸਟਾਂ ਜਿਹੜੀਆਂ ਇਕੱਲੇ ਜ਼ਿਲ੍ਹੇ ਜਲੰਧਰ ਵਿੱਚ ਖਾਲੀ ਨੇ। ਜ਼ਿਲ੍ਹੇ ਜਲੰਧਰ ਵਿੱਚ ਕੰਮ ਤੁਹਾਨੂੰ ਸਭ ਨੂੰ ਪਤਾ ਹੈ, ਅਸੀਂ ਪਬਲਿਕ ਨੂੰ ਨਹੀਂ ਚਾਹੁੰਦੇ ਕਿ ਹਰਾਸਮੈਂਟ ਹੋਵੇ। ਅਸੀਂ ਸਰਕਾਰ ਨੂੰ ਚਾਹੁੰਦੇ ਹਾਂ, ਅਪੀਲ ਕਰਦੇ ਹਾਂ ਕਿ ਸਾਡੀਆਂ ਜਿਹੜੀਆਂ ਜਾਇਜ਼ ਮੰਗਾਂ ਨੇ, ਜਿਹੜੀਆਂ ਗੈਰ ਵਿੱਤੀ ਮੰਗਾਂ ਨੇ, ਪਹਿਲਾਂ ਉਹਨਾਂ 'ਤੇ ਧਿਆਨ ਦਿੱਤਾ ਜਾਵੇ, ਜਿਹੜਾ ਸਾਨੂੰ ਭਰੋਸਾ ਵੀ ਦਿੱਤਾ ਗਿਆ ਸੀ, ਪਰ ਭਰੋਸਾ ਦੇਣ ਦੇ ਬਾਵਜੂਦ ਅੱਜ ਤੱਕ ਉਹ ਲਾਗੂ ਨਹੀਂ ਕੀਤੀਆਂ ਗਈਆਂ। ਸਭ ਤੋਂ ਜ਼ਿਆਦਾ ਜਿਹੜੀ ਮੰਗ ਸਾਡੀ ਮੇਨ ਹੈਗੀ ਆ, ਉਹ ਤੁਹਾਨੂੰ ਸਭ ਨੂੰ ਵੀ ਪਤਾ ਹੈ, ਪਬਲਿਕ ਨੂੰ ਵੀ ਪਤਾ ਹੈ ਕਿ ਸਟਾਫ ਤੋਂ ਬਿਨਾਂ ਕੰਮ ਜਿਹੜਾ ਉਹ ਸਮੇਂ ਸਿਰ ਨਹੀਂ ਨਿਪਟੇ ਚੜ੍ਹਿਆ ਜਾ ਸਕਦਾ। ਇਹਨਾਂ ਸਰ ਜਿਹੜੀਆਂ ਸਕੀਮਾਂ ਨੇ, ਸਰਕਾਰ ਦੀ ਵੀ ਇਸ ਵਿੱਚ ਬਿਹਤਰੀ ਹੈ, ਸਾਡੀ ਵੀ ਇਸ ਵਿੱਚ ਬਿਹਤਰੀ ਹੈ ਕਿ ਜੇ ਉਹ ਸਟਾਫ ਪੂਰਾ ਦਿੰਦੇ ਨੇ, ਸਾਡੇ ਕੋਲ ਸਮੇਂ ਸਿਰ ਕੰਮ ਲੈਣ, ਪਬਲਿਕ ਨੂੰ ਪਰੇਸ਼ਾਨੀ ਨਾ ਹੋਵੇ, ਸਾਨੂੰ ਮਾਨਸਿਕ ਯੋਜਨਾ ਚੱਲਣਾ ਪਵੇ। ਮੈਮ, ਨਾ ਸਰਕਾਰ ਨੇ ਤੁਹਾਡੀਆਂ